ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਤੇ ਇੱਕ ਦੁਕਾਨਦਾਰ ਨੇ ਸਵਾਲ ਚੁੱਕੇ ਨੇ। ਇਹ ਮਾਮਲਾ ਹੈ ਇੱਕ ਗਿਫਟ ਹਾਊਸ ਨੂੰ ਅੱਗ ਲਗਾਉਣ ਦਾ, ਜਿਸ ਦੀ CCTV ਫੁਟੇਜ ਦੇ ਦ੍ਰਿਸ਼ ਤੁਹਾਡੀ ਸਕਰੀਨ ਤੇ ਦਿਖਾਈ ਦੇ ਰਹੇ ਨੇ। ਇਹ ਹਾਦਸਾ 14 ਅਕਤੂਬਰ ਨੂੰ ਵਾਪਰਿਆ ਅਤੇ ਇਸ CCTV ਫੁਟੇਜ ਵਿੱਚ ਅੱਗ ਲਗਾਉਣ ਵਾਲੇ ਵਿਅਕਤੀ ਦੀਆਂ ਤਸਵੀਰਾਂ ਵੀ ਕੈਦ ਨੇ। ਦੁਕਾਨਦਾਰ ਨੇ ਪੁਲਿਸ ਤੇ ਦੋਸ਼ ਲਗਾਇਆ ਕਿ CCTV ਫੁਟੇਜ ਰਾਹੀਂ ਦੋਸ਼ੀ ਦੀ ਪਹਿਚਾਣ ਹੋਣ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਉਸ ਵਿਅਕਤੀ ਨੂੰ ਦੁਕਾਨਦਾਰ ਨੇ ਖੁਦ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਦੁਕਾਨਦਾਰ ਦਾ ਕਹਿਣਾ ਕਿ ਆਰੋਪੀ ਨੇ ਕਬੂਲ ਕੀਤਾ ਕਿ ਉਸਨੇ ਇਹ ਅੱਗ ਕਿਸੇ ਦੇ ਕਹਿਣ 'ਤੇ ਲਗਾਈ ਸੀ, ਪਰ ਪੁਲਿਸ ਆਰੋਪੀ ਨਾਲ ਨਰਮੀ ਨਾਲ ਪੇਸ਼ ਆ ਰਹੀ ਹੈ। ਉਸਨੇ ਚੌਂਕੀ ਮੈਂ ਕਬੂਲ ਕੀਆ ਹੈ ਕਿ ਮੇਰੇ ਕੋਲ ਕਿਸੇ ਨੇ ਪੈਸੇ ਦੀਏ ਔਰ ਮੈਨੇ ਅੱਗ ਲਗਾਈ ਔਰ ਉਹ ਨਾਮ ਉਸਨੇ ਪੁਲਿਸ ਵਾਲੇ ਕੋ ਬੋਲ ਵੀ ਦਿਆ ਹੈ ਪਰ ਪੁਲਿਸ ਉਸਕੋ ਡਿਸਕਲੋਜ਼ ਨਹੀਂ ਕਰੀ, ਹਮਾਰੇ ਕੋ ਨਹੀਂ ਬਤਾ ਰਹੀ, ਉਲਟਾ ਉਸਕੋ ਚੋਰ ਕੇ ਸਾਥ ਮੇਂ ਪੂਰਾ ਕੋਆਪਰੇਟ ਕਰ ਰਹੀ ਹੈ। ਇਸ ਘਟਨਾ ਦਾ ਕਾਰਨ ਪੀੜਤ ਦੁਕਾਨਦਾਰ ਨੇ ਕਾਰੋਬਾਰੀ ਮੁਕਾਬਲੇਬਾਜ਼ੀ ਕਾਰਨ ਪੈਦਾ ਹੋਈ ਰੰਜਿਸ਼ ਨੂੰ ਦੱਸਿਆ। ਰੀਜ਼ਨ ਹੈ ਕਿ ਕੰਪੀਟੀਸ਼ਨ ਹੈ ਜੀ ਕੰਮ ਕੇ ਅੰਦਰ ਮੇਂ। ਸ਼ੱਕੀ ਦੁਕਾਨਦਾਰਾਂ ਬਾਰੇ ਗੱਲ ਕਰਦਿਆਂ ਦੁਕਾਨਦਾਰ ਨੇ ਕਿਹਾ ਕਿ ਉਹ ਕਈ ਫੋਨ ਨੰਬਰ ਪੁਲਿਸ ਨੂੰ ਦੇ ਚੁੱਕੇ ਨੇ। ਸਰ ਹਮਨੇ ਕੁਛ ਨੰਬਰ ਪੁਲਿਸ ਕੋ ਦੀਏ ਥੇ ਜੀ ਸ਼ੱਕ ਕੇ ਆਧਾਰ ਪੇ, ਪਰ ਪੁਲਿਸ ਨੇ ਉਨਕੀ ਕੋਈ ਕਾਲ ਡਿਟੇਲ ਅਭੀ ਤੱਕ ਨਹੀਂ ਨਿਕਲਵਾਈ। ਪੀੜਤ ਦੁਕਾਨਦਾਰ ਵੱਲੋਂ ਮੀਡੀਆ ਜ਼ਰੀਏ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV।